यार पाला रोज आयो ना तो खत्म दिवा मैं शबा शरीफ दा तो निबा शरीफ दा अच्छा जड़ा आवाम नु लूट के खा गए तो बाहर गए बैठे ये गाले अच्छे हो ना दे पकेंदा शबा शरीफ जी ने हमना कोई सी वेट आज फ्रूट लाइन गया तो ना ने 5000 मांग लिया जेड़ा 1.5 दम दा ए तो बहुत लोटी पई चौधरी ਇਹਲਾ ਜਾਨੇ ਕੀ ਕਰੂ ਬਨ ਗਰੀਬਾਂ ਨਾਲ ਉਹਨੇ ਪੈਸੇ ਗੱਲਾਂ ਤਾਂ ਉਹਦਾ ਖਤਮ ਦੀ ਵੰਦੇ ਬਾਈਆਂ ਨਿਵਾਜ਼ ਸ਼ਰੀਫ ਦਾ ਆ ਉਹ ਜਿੰਦਾ ਹੀ ਮਾਰ ਗਿਆ ਕੰਜੂਰ ਪਤਾ ਨਹੀਂ ਗਿਆ ਕਿਦਾਂ ਤੇ ਜਿਹੜਾ ਫਰੀ ਆਟਾ ਦਿੰਦੇ ਬਣੋ ਕੀ ਰੋਲਾ ਉਹ ਐਵੇਂ ਦਸੇ ਖਾ ਲੈਣ ਮਹੀਨਾ ਮਸੇ ਤੱਕ ਸੈਨੋ ਵੀ ਕਈਆਂ ਨੂੰ ਲੱਭਦਾ ਤੇ ਕਈ ਮਰਦੇ ਗੱਤ ਜਾਣੋ ਅੱਗੇ ਖਰਾਬ ਆਟਾ ਦਿੰਦੇ ਬੈ ਆ ਮੱਕੀ ਦਾ ਤੇ ਹਰ ਬਲਾਂ ਦਾ ਰਲਾ ਕੇ ਤੇ ਗਰੀਬਾਂ ਨੂੰ ਐਵੇਂ ਉਹ ਵੀ ਠੱਗੀ ਖਾ ਲੈ ਖਾਲ ਚੌਕਰ ਪਾਈ ਜਾਂਦੇ ਨੇ ਹੋਰ ਕੀ ਹੈ ਉਹ ਤਾਂ ਡੰਗਰ ਨਾ ਹੀ ਖਾਂਦੇ ਜਿਹੜੇ ਬੰਦਿਆਂ ਨੂੰ ਦਿੱਤੇ ਜਾਂਦੇ ਯਾਰ ਪਾਲਾ ਦੇ ਯਾਰ ਰਫਤਾਰੀ ਦਾ ਮਾ ਰਮਜ਼ਾਨ ਦੀ ਪਾਰੋ ਮੈਂ ਖਾ ਤੋੜਾ ਦੇ ਚਲੋ ਅੱਗੇ ਤੇ 4-5 ਪਕਾਈ ਦੀਆਂ ਟੂਣ ਇੱਕ ਪਕਾ ਲਈਏ ਮੰਗਿਆ ਹੀ ਬਹੁਤ ਹੈ ਯਾਰ ਇਹਨਾਂ ਦਾ ਖਤਮ ਦੀ ਬਾਵਾ ਕਹਿਨਾ ਦਾ ਸ਼ਬਾਸ਼ ਸ਼ਰੀਫ ਕਾ ਤੇ ਸ਼ਬਾਸ਼ ਆਹ ਸ਼ਬਾਸ਼ ਜਿੰਨਾ ਬੈਠਾ ਤੇ ਅਬਨਾ ਨਹੀਂ ਸਮਝ ਤਾਂ ਲੱਗਦਾ ਅਬੋ ਇੰਨੀ ਮੰਗਿਆ ਹੀ ਹੈ ਜੋ ਨਾ ਸੀ ਕੀ ਕਰ ਸਕਦੇ ਆ ਜੇ ਦੇਖ ਕੇ ਮਸਾਂ ਪੱਕਦੀ ਪਈ ਪਿਛਲੇ ਵਾਰ ਤੋਂ 4 ਪਕਾਈਆਂ ਉਹ ਵਿਆਹ ਦੇ ਸੇਵ ਤੇ ਜਦੋਂ ਨੇ ਆਏ ਨੇ ਉਹ ਇਹਨਾਂ ਦਾ ਹਟ ਕੇ ਤੇ ਆਵਾਮ ਨੂੰ ਖਾ ਗਏ ਮੰਗਾਈ ਬਹੁ ਹੋਈ ਪਈ ਬਹੁਤ ਹੋ ਗਈ ਹੈ ਯਾਰ ਇਹਨੇ ਖਤਮ ਕਿੰਨੇ ਵਜੇ ਖਤਮ ਅਫਤਾਰੀ ਟਾਈਮ ਦਿਪਸੀ ਆ ਦੇ ਖਤਮ ਹੀ ਵਿੱਚ ਹੋ ਜਾਂਦੇ ਤੇ ਨੰਦਾ ਹੀ ਹੋ ਜਾਂਦੇ ਨਵਾਜ਼ ਸ਼ਰੀਫ ਕਾ ਹੀ ਖਤਮ ਵਿੱਚ ਹੈ ਪਤਾ ਨਹੀਂ ਕਦੋਂ ਹੁੰਦਾ ਜਾਏ ਤਾਂ ਗਰੀਬਾਂ ਨੂੰ ਖਾ ਕੇ ਗਏ ਨੇ ਕਦੋਂ ਹਟਦੇ ਨੇ ਔਖੀ ਗੱਲ ਹੈ ਔਖੀ ਗੱਲ ਹੈ ਇਹ ਅੰਦਾ ਕਿਉਂ ਨਹੀਂ ਪਏ ਵਜਾਂ 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 ਯਾ ਜੁਦ ਆਵਾਮ ਦੇ ਚੱਲੇ ਹੋ ਨਾ ਜਮਦੇ ਤੇ ਇਮਰਾਨ ਖਾਨ ਦੇ ਚੱਲੇ ਹੋ ਇੰਨੇ ਆਣ ਤਾਂ ਇੱਦਾਂ ਇਲੈਕਸ਼ਨ ਕਰਾ ਕੇ ਤੇ ਵੋਟ ਲਾ ਲਈ ਹੁਣ ਇਲੈਕਸ਼ਨ ਹੀ ਲੇਟ ਕੀਤੇ ਚਾਹੀਦੇ ਇਲੈਕਸ਼ਨ ਇਹਨਾਂ ਦੇ ਪਿਓ ਦਾ ਬੋਲ ਕਾ ਜੋ ਦੇ ਇਲੈਕਸ਼ਨ ਹੀ ਲੇਟ ਕਰ ਦਿੱਤੇ ਨਹੀਂ ਇੱਥੇ ਗੱਲ ਜੋ ਵੋਟ ਤਾਂ ਸਾਨੂੰ ਲੱਭਣੇ ਕੇ ਇਹ ਮੈਂ ਅਗਲੇ ਨੂੰ ਪਤਾ ਹਾਂ ਸਾਰੀ ਆਵਾਮ ਨੂੰ ਪਤਾ ਹੈ